ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਪਾਠ ਨੰਬਰ 14 ਪਾਣੀ ਇੱਕ ਅਨਮੋਲ ਸਾਧਨ ਪਾਣੀ ਇੱਕ ਅਨਮੋਲ ਸਾਧਨ ਦੇ ਪ੍ਰਸ਼ਨ ਉੱਤਰ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਨੰਬਰ 1 ਹੈਗੇ ਹੈ ਪਾਣੀ ਪ੍ਰਸ਼ਨ ਹੇਠਾਂ ਦਿੱਤੇ ਗਏ ਖਾਲੀ ਸਥਾਨਾਂ ਦੀ ਪੂਰਤੀ ਕਰੋ ਸਾਨੂੰ ਹੇਠਾਂ ਖਾਲੀ ਸਥਾਨਾਂ ਤੇ ਆਉਂਦੀਆਂ ਨੇ ਠੀਕ ਹੈ ਉਹਨਾਂ ਦੀ ਅਸੀਂ ਪੂਰਤੀ ਕਰਨੀ ਹੈ ਪਹਿਲੀ ਖਾਲੀ ਥਾਂ ਹੈ ਕਿ ਪਾਣੀ ਨੂੰ ਬਾਸ਼ਪ ਵਿੱਚ ਪਰਿਵਰਤਿਤ ਕਰਨ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ ਠੀਕ ਹੈ ਪਾਣੀ ਨੂੰ ਬਾਸ਼ਪ ਵਿੱਚ ਪਰਿਵਰਤਿਤ ਕਰਨ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਨੇ ਬਾਸ਼ਪਣ ਪ੍ਰਸ਼ਨ ਨੰਬਰ 2 ਵੱਲ ਚਲਦੇ ਹਾਂ ਜਲ ਬਾਸ਼ਪ ਨੂੰ ਜਲ ਵਿੱਚ ਪਰਿਵਰਤਿਤ ਕਰਨ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ ਠੀਕ ਹੈ ਉਹਨੂੰ ਕਹਿੰਦੇ ਨੇ ਸੰਗ੍ਰਹਿਣ ਨੰਬਰ 3 ਵੱਲ ਚਲਦੇ ਹਾਂ ਇੱਕ ਸਾਲ ਜਾਂ ਇੱਕ ਤੋਂ ਵੱਧ ਇਸ ਤੋਂ ਵੱਧ ਸਮੇਂ ਤੱਕ ਵਰਖਾ ਨਾ ਹੋਣ ਹੋਣਾ ਉਸ ਖੇਤਰ ਵਿੱਚ ਡੈਸ਼ ਲਿਆਉਂਦਾ ਹੈ ਸੋਕਾ ਨੰਬਰ 4 ਜਿਆਦਾ ਵਰਖਾ ਨਾਲ ਡੈਸ਼ ਹੁੰਦੇ ਹਨ ਹੜਾ ਪ੍ਰਸ਼ਨ ਨੰਬਰ 2 ਵੱਲ ਚੱਲਦੇ ਹਾਂ ਹੇਠਾਂ ਲਿਖੀਆਂ ਵਾਕਾਂ ਵਿੱਚ ਹਰੇਕ ਬਾਰੇ ਦੱਸੋ ਕਿ ਇਹ ਬਾਸ਼ਪਣ ਜਾਂ ਸੰਗਨਨ ਦੇ ਕਾਰਨ ਹਨ ਨੰਬਰ ਊੜਾ ਠੰਡੇ ਪਾਣੀ ਨਾਲ ਭਰੇ ਗਲਾਸ ਦੇ ਬਾਹਰੀ ਤਲ ਉੱਤੇ ਪਾਣੀ ਦੀਆਂ ਬੂੰਦਾਂ ਦਿਖਾਈ ਦੇਣਾ ਇਹ ਕੀ ਹੁੰਦਾ ਹੈ ਸੰਗਣਨ ਆੜਾ ਗਿੱਲੇ ਕੱਪੜਿਆਂ ਉੱਤੇ ਪ੍ਰੈਸ ਕਰਨ ਤੋਂ ਪਾਫ ਦਾ ਉਪਰ ਉਠਣਾ ਇਹ ਕੀ ਹੁੰਦਾ ਹੈ ਬਾਸ਼ਪਣ ਈਡੀ ਸਰਦੀਆਂ ਵਿੱਚ ਸਵੇਰ ਸਮੇਂ ਕੋਰੇ ਦਾ ਦਿਖਾਈ ਦੇਣਾ ਇਹ ਕੀ ਹੁੰਦਾ ਹੈ ਸੰਗਣਨ ਨੰਬਰ ਸ ਗਿੱਲੇ ਕੱਪੜੇ ਨਾਲ ਪੂੰਝਣ ਤੋਂ ਬਾਅਦ ਬਲੈਕਬੋਰਡ ਦਾ ਕੁਝ ਸਮੇਂ ਬਾਅਦ ਸੁੱਕ ਜਾਣਾ ਇਹ ਕੀ ਹੁੰਦਾ ਹੈ ਬਾਸ਼ਪਣ ਹਾ ਹ ਗਰਮ ਛੜ ਦੇ ਉੱਪਰ ਪਾਣੀ ਛਿੜਕਣ ਨਾਲ ਪਾਫ ਦਾ ਉੱਪਰ ਉੱਠਣਾ ਇਹ ਕੀ ਹੁੰਦਾ ਹੈ ਬਾਸ਼ਪਣ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਉੜਾ ਹਵਾ ਵਿੱਚ ਜਲ ਬਾਸ਼ਪ ਕੇਵਲ ਮੌਨਸੂਨ ਦੇ ਸਮੇਂ ਵਿੱਚ ਮੌਜੂਦ ਰਹਿੰਦੇ ਹਨ ਗਲਤ ਆੜਾ ਪਾਣੀ ਮਹਾਸਾਗਰਾਂ ਨੰਦੀਆਂ ਅਤੇ ਝੀਲਾਂ ਤੋਂ ਬਾਸ਼ਪਿਤ ਹੋ ਕੇ ਹਵਾ ਵਿੱਚ ਮਿਲਦਾ ਹੈ ਪਰੰਤੂ ਭੂਮੀ ਤੇ ਵਾਸ਼ਪਿਤ ਨਹੀਂ ਹੁੰਦਾ ਇਹ ਹੈ ਗਲਤ ਪਾਣੀ ਦੇ ਜਲ ਵਾਸ਼ਪ ਵਿੱਚ ਪਰਿਵਰਤਤ ਕਰਨ ਪਰਿਵਰਤਨ ਕਰਨ ਦੀ ਕਿਰਿਆ ਵਾਸ਼ਪਣ ਕਹਾ ਹੁੰਦੀ ਹੈ ਬਿਲਕੁਲ ਸਹੀ ਪ੍ਰਸ਼ਨ ਨੰਬਰ ਸਾ ਪਾਣੀ ਦਾ ਵਾਸ਼ਪਣ ਕੇਵਲ ਸੂਰਜ ਦੇ ਪ੍ਰਕਾਸ਼ ਵਿੱਚ ਹੁੰਦਾ ਹੈ ਗਲਤ ਇਹ ਅਸੀਂ ਅੱਗ ਵੀ ਉਹਦੇ ਨਾਲ ਅੱਗ ਨਾਲ ਕਰ ਸਕਦੇ ਹਾਂ ਬਹੁਤ ਤਰੀਕਿਆਂ ਨਾਲ ਕਰ ਸਕਦੇ ਹਾਂ ਠੀਕ ਹੈ ਸੂਰਜ ਦਾ ਪ੍ਰਕਾਸ਼ ਇਕੱਲਾ ਗਰਮੀ ਨਹੀਂ ਦਿੰਦਾ ਹੋਰ ਬਹੁਤ ਚੀਜ਼ਾਂ ਨੇ ਹਾਹਾ ਹਵਾ ਦੀ ਉਪਰਲੀ ਠੰਡੀ ਪਰਤ ਵਿੱਚ ਜਲਵਾਸ਼ਪਿਚ ਸੰਗਨਿਤ ਹੋ ਕੇ ਛੋਟੀਆਂ-ਛੋਟੀਆਂ ਜਲ ਦੀਆਂ ਬੂੰਦਾ ਬਣਾਉਂਦੇ ਹਨ ਠੀਕ ਪ੍ਰਸ਼ਨ ਨੰਬਰ 4 ਮੰਨ ਲਓ ਕਿ ਤੁਸੀਂ ਆਪਣੀ ਸਕੂਲ ਵਰਦੀ ਨੂੰ ਬਰਖਾ ਵਾਲੇ ਦਿਨ ਜਲਦੀ ਸੁਕਾਉਣਾ ਚਾਹੁੰਦੇ ਹੋ ਕੀ ਇਸ ਨੂੰ ਕਿਸੇ ਅੰਗੀਠੀ ਜਾਂ ਹੀਟਰ ਦੇ ਨੇੜੇ ਫਲਾਉਣ ਉੱਤੇ ਇਸ ਕੰਮ ਵਿੱਚ ਸਹਾਇਤਾ ਮਿਲੇਗੀ ਜੇ ਹਾਂ ਤਾਂ ਇਸ ਤਰ੍ਹਾਂ ਉੱਤਰਾਂ हां अंगीठी ਜਾਂ ਹੀਟਰ ਨੇੜੇ ਫਲਾਉਣ ਤੇ ਵਰਦੀ ਜਲਦੀ ਸੁੱਕ ਜਾਵੇਗੀ ਕਿਉਂਕਿ ਇਹ ਗਰਮੀ ਨਾਲ ਵਾਸ਼ਪਣ ਦੀ ਦੇਰ ਦੇਰ ਵੱਧ ਜਾਂਦੀ ਹੈ ਦੇਰ ਨਹੀਂ ਆਵੇਗਾ ਬੱਚੇ ਉੱਥੇ ਆਵੇਗਾ ਦਰ ਦਰ ਆ ਇੱਥੇ ਲਾਵਾ ਲਈ ਲਾਉਣਾ ਦਰ ਵੱਧ ਜਾਂਦੀ ਹੈ ਪ੍ਰਸ਼ਨ ਨੰਬਰ 5 ਇੱਕ ਪਾਣੀ ਦੀ ਠੰਡੀ ਬੋਤਲ ਰੈਫਰਿਜਰੇਟਰ ਤੋਂ ਕੱਢੋ ਇਸ ਨੂੰ ਮੇਜ਼ ਉੱਤੇ ਉੱਤਰੀ ਰੱਖੋ ਕੁਝ ਸਮੇਂ ਬਾਅਦ ਤੁਸੀਂ ਇਸ ਦੇ ਚਾਰੇ ਪਾਸੇ ਪਾਣੀ ਦੀਆਂ ਬੂੰਦਾਂ ਦੇਖੋਗੇ ਕਿਉਂ ਉਤਰ ਕਿਉਂਕਿ ਗਲਾਸ ਦੇ ਨੇੜੇ ਦੀ ਹਵਾ ਵਿਚਲੇ ਵਾਸ਼ਪਠੰਡੀ ਅਤੇ ਸੰਗਨਿਤ ਹੋ ਕੇ ਪਾਣੀ ਦੀਆਂ ਬੂੰਦਾਂ ਬਣਾ ਲੈਂਦੇ ਹਨ ਪ੍ਰਸ਼ਨ ਨੰਬਰ 6 ਐਨਕਾਂ ਦੇ ਲੈਂਜ ਸਾਫ਼ ਕਰਨ ਦੇ ਲਈ ਲੋਕ ਇਸ ਉੱਤੇ ਫੂਕ ਮਾਰਦੇ ਹਨ ਤਾਂ ਲੈਂਜ ਗਿੱਲੇ ਹੋ ਜਾਂਦੇ ਹਨ ਲੈਂਜ ਗਿੱਲੇ ਕਿਉਂ ਹੋ ਜਾਂਦੇ ਹਨ ਸਮਝਾਓ ਉੱਤਰ ਕਿਉਂਕਿ ਮੂੰਹ ਵਿੱਚੋਂ ਨਿਕਲਣ ਵਾਲੀ ਹਵਾ ਵਿੱਚਲੇ ਜਲਵਾਸ਼ਪ ਲੈਂਜ ਨਾਲ ਲੱਗ ਕੇ ਠੰਡੇ ਹੋ ਕੇ ਹਵਾ ਬਾਸ਼ਪਾਂ ਵਿੱਚ ਬਦਲ ਜਾਂਦੇ ਹਨ ਪ੍ਰਸ਼ਨ ਨੰਬਰ 7 ਬੱਦਲ ਕਿਸ ਤਰ੍ਹਾਂ ਬਣਦੇ ਹਨ ਬਾਜੂ ਮੰਡਲ ਵਿੱਚ ਉੱਪਰ ਵੱਲ ਜਾਂਦੇ ਸਮੇਂ ਤਾਪਮਾਨ ਘਟਦਾ ਜਾਂਦਾ ਹੈ ਕੁਝ ਉਚਾਈ ਤੇ ਜਾ ਕੇ ਹਵਾ ਵਿੱਚ ਲੀਆਂ ਪਾਣੀ ਦੀਆਂ ਬੂੰਦਾਂ ਠੰਡੀਆਂ ਹੋ ਕੇ ਸੰਗਨਿਤ ਹੋ ਜਾਂਦੀਆਂ ਹਨ ਇਹ ਪਾਣੀ ਦੀ ਦੀਆਂ ਹਵਾ ਵਿੱਚ ਤੈਰਦੀਆਂ ਬੂੰਦਾਂ ਹੀ ਬੱਦਲ ਦਾ ਨਿਰਮਾਣ ਕਰਦੀਆਂ ਹਨ ਪ੍ਰਸ਼ਨ ਨੰਬਰ 8 ਸੋਕਾ ਕਦੋਂ ਪੈਂਦਾ ਹੈ ਸੋਕਾ ਕਦੋਂ ਪੈਂਦਾ ਹੈ ਉੱਤਰ ਜਦੋਂ ਲੰਮੇ ਸਮੇਂ ਤੱਕ 2 ਜਾਂ ਵੱਧ ਸਾਲ ਠੀਕ ਹੈ ਬਰਖਾ ਨਹੀਂ ਹੁੰਦੀ ਤਾਂ ਮਿੱਟੀ ਅਤੇ ਤਲਾਬਾਦ ਸੁੱਕ ਜਾਂਦੇ ਹਨ ਇਸ ਨੂੰ ਸੋਕਾ ਕਹਿੰਦੇ ਹਨ ਇੱਥੇ ਵਿੱਚ ਸੋਕਾ ਲਿਖਣਾ ਹੈ ਸੀ ਠੀਕ ਹੈ ਸੋਕਾ ਇਦਣੀਆਂ ਛੋਟੀਆਂ-ਛੋਟੀਆਂ ਮਿਸਟੇਕਸ ਹੁੰਨੀਆਂ ਨੇ ਨਾ ਤੁਸੀਂ ਖੁਦ ਸਮਝਿਆ ਕਰੋ ਠੀਕ ਹੈ ਧੰਨਵਾਦ